हेलो डियर स्टूडेंट्स हियर वेलकम इन टू टुडे सेशन हां जी प्यारे बच्चों ਤੁਹਾਨੂੰ ਪਤਾ ਹੈ ਕਿ ਆਪਣਾ ਟ੍ਰਾਂਸਲੇਸ਼ਨ ਦਾ ਚੱਲ ਰਿਹਾ ਤਾਂ ਅੱਜ ਫਿਰ ਆਪਾਂ ਗੱਲ ਕਰਦੇ ਹਾਂ ਕੁਝ ਟ੍ਰਾਂਸਲੇਸ਼ਨ ਸੈਂਟੈਂਸਸ ਦੇ ਬੜੇ ਈਜ਼ੀ ਨੇ ਇਹ ਬੜੇ ਧਿਆਨ ਨਾਲ ਸੁਣੋ ਤੇ ਨਾਲ ਦੀ ਨਾਲੇ ਤੁਹਾਡੇ ਦਿਮਾਗ ਵਿੱਚ ਆ ਜਾਣੇ ਨੇ ਪਹਿਲਾ ਵਾਕਿਆ ਸਮੇ ਦਾ ਸਹੀ ਇਸਤੇਮਾਲ ਕਰੋ ਸਹੀ ਇਸਤੇਮਾਲ ਪ੍ਰੋਪਰ ਇਸਤੇਮਾਲ ਯੂਜ਼ ਇੰਪੈਰੇਟਿਵ ਵੀ ਹੈ ਵੀ ਬੀ ਵਨ ਪਹਿਲਾਂ ਲੱਗੇਗੀ ਮੇਕ ਮੇਕ proper use of time ਜਿੰਨਾ ਪਰ ਟਾਈਮ ਬੋਲਦੇ ਹਨਾ ਮੇਕ proper use of time ਤੁਸੀਂ ਕਰੋਦੇ ਮਗਰ ਨਾ ਜਾਓ ਕਿ ਡੋ ਲੱਗੇਗਾ ਸਮਾਂ ਬਰਬਾਦ ਨਾ ਕਰੋ डोंट वेस्ट टाइम ਬੜਾ इजी ਹੈ ਕਈ ਵਾਰ ਮੂਰੇ ਲਿਖਣ ਆਪਣਾ ਸਮਾਂ ਬਰਬਾਦ ਨਾ ਕਰੋ ਤਾਂ ਫਿਰ डोंਟ ਵੇਸ ਯੋਰ ਟਾਈਮ ਤੀਸਰਾ ਵਾਕ ਨੰਗੇ ਪੈਰ ਨਾ ਚੱਲੋ डोंट ਵਾਕ ਵੇਅਰ ਫੁੱਟ ਇਟ ਤਾਂ ਇੱਥੇ ਆਪਾਂ ਨੂੰ ਨੰਗੇ ਪੈਰ ਦੀ ਪ੍ਰੋਬਲਮ ਆਉਂਦੀ ਹੈ ਕਿ ਨੰਗੇ ਪੈਰ ਦੇ ਵਸਤੇ ਕੀ ਲਿਖੀਏ ਨੰਗੇ ਪੈਰ ਚੱਲਣਾ ਹੁੰਦਾ ਹੈ ਬੇਅਰ ਫੁੱਟਡ ਤੇ ਡੋਂਟ ਦੇ ਵਿੱਚ ਕੀ ਆ ਗਿਆ ਨਾ ਚੱਲੋ ਕਈ ਵਾਰ ਆਪਾਂ ਨਾਟ ਦੁਬਾਰਾ ਲਾਉਨੇ ਆ ਨਹੀਂ ਡੋਂਟ ਦੇ ਵਿੱਚ ਹੀ ਸਾਰਾ ਆ ਜਾਂਦਾ ਹੈ ਚੱਲਣ ਦੀ ਵਾਕ ਆਪਣੀ ਸਿਹਤ ਦਾ ਧਿਆਨ ਰੱਖੋ ਤੁਹਾਨੂੰ ਯਾਦ ਹੋਊਗਾ ਮੇਰੇ ਬੱਚਿਓ ਇਹਦੇ ਨਾਲ ਦਾ ਇੱਕ ਵਾਕ ਆਪਾਂ ਪਹਿਲਾਂ ਵੀ ਕੀਤਾ ਸੀ ਆਪਣਾ ਧਿਆਨ ਰੱਖੋ ਉਹ ਟੇਕ ਕੇਅਰ ਆਫ ਯੋਰ ਸੈਲਫ ਆ ਗਿਆ ਇੱਥੇ ਟੇਕ ਕੇਅਰ ਆਫ ਯੋਰ ਹੈਲਥ ਆ ਗਿਆ ਸਿਹਤ ਦਾ ਇੰਨਾ ਕੀ ਫਰਕ ਹੈ ਆਪਣਾ ਧਿਆਨ ਰੱਖੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਇਹ ਧਿਆਨ ਰੱਖਣੇ ਕਿ ਵਾਕ ਕਿਹੜਾ ਹੈ ਐਵੇਂ ਨਹੀਂ ਕਿ ਆਪਾਂ ਮੈਮਰਾਈਜ਼ ਕੀਤਾ ਰੋਟ ਮੈਮਰੀ ਦੇ ਨਾਲ ਤੇ ਉਵੇਂ ਲਿਖ ਦਿੱਤਾ ਨਹੀਂ ਬਾਗ ਚ ਰੋਟ ਦੇਖ ਲਿਆ ਕਰੋ ਬਕਵਾਸ ਨਾ ਕਰੋ ਡੋਨਟ ਟਾਕ ਨਾਨਸੈਂਸ ਆ ਆਮੀ ਆਪਾਂ ਕਹਿੰਨੇ ਕਿ ਬਕਵਾਸ ਨੂੰ ਕੀ ਕਹਿੰਦੇ ਨੇ ਨਾਨਸੈਂਸ ਡੋਨਟ ਟਾਕ ਨਾਨਸੈਂਸ ਚਲਦੇ ਹਾਂ ਛੇਵੇਂ ਬਾਗ ਦੀ ਤਰਫ ਅਫਵਾਹਾਂ ਨਾ ਫਲਾਓ ਬੜਾ ਇੰਪੋਰਟੈਂਟ ਪਾ ਕੇ ਔਰ ਕਈ ਵਾਰ ਸਾਨੂੰ ਇਹਦੇ ਬਾਰੇ ਪਤਾ ਵੀ ਨਹੀਂ ਹੁੰਦਾ ਕਿ ਅਫਵਾਹਾਂ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਨੇ ਰਿਯੂਮਰਸ ਕਹਿੰਦੇ ਆ ਬਟਾ ਫਿਲੋਂ ਦੀ ਇੰਗਲਿਸ਼ ਹੋਗੀ ਸਬਟਲ ਟਾ ਜੌਨ ਸਬਟਲ ਰਿਯੂਮਰਸ ਰਿਯੂਮਰਸ ਕਿਸੇ ਦੀ ਚੁਗਲੀ ਨਾ ਕਰੋ ਇਹ ਵੀ ਬੜਾ ਵਧੀਆ ਵਾਕ ਹੈ ਚੁਗਲੀ ਨਾ ਕਰੋ ਕਿਸੇ ਪਿੱਠ ਪਿੱਛੇ ਗੱਲ ਕਰਨ ਨੂੰ ਨਿੰਦਾ ਕਰਨ ਨੂੰ ਚੁਗਲੀ ਕਹਿੰਦੇ ਨੇ ਤਾਂ ਚੁਗਲੀ ਕਰਨ ਦੀ ਇੰਗਲਿਸ਼ ਕੀ ਹੈ ਬੈਕ ਬਾਈਟ ਡੋਂਟ ਬੈਕ ਬਾਈਟ ਐਨੀ ਵਨ ਗਰੀਬਾਂ ਦਾ ਮਜ਼ਾਕ ਨਾ ਆਡੋ ਇਹ ਸਿੰਪਲਲੀ ਹੈ ਡੋਂਟ ਮੇਕ fun of the poor ਮਜ਼ਾਕ ਕਢਾਂ ਦੀ ਇੰਗਲਿਸ਼ ਕੀ ਹੁੰਦੀ ਹੈ ਸਾਡੇ ਕੋਲ ਮੇਕ ਫਨ ਆਫ ਡੋਨਟ ਮੇਕ ਫਨ ਆਫ ਦ ਪੋਰ ਮੈਨੂੰ ਤੰਗ ਨਾ ਕਰੋ ਤੰਗ ਕਰਨ ਦਾ ਡਿਸਟਰਬ ਡੋਨਟ ਡਿਸਟਰਬ ਇਹ ਤਾਂ ਤੁਸੀਂ ਆਮ ਹੀ ਸੁਣਦੇ ਆ ਆਪਾਂ ਡੇਲੀ ਯੂਜ਼ ਵਿੱਚ ਇਹ ਵਰਤੋਂ ਕਰਦੇ ਆ ਬੇਟਾ ਬਹੁਤ ਈਜ਼ੀ ਜਿਹਾ ਹੀ ਵਾਕ ਹੈ ਨੈਕਸਟ ਵੀ ਬੜਾ ਈਜ਼ੀ ਹੈ ਜਲਦੀ ਕਰੋ ਹਾਰੀ ਅਪ ਇਹ ਨਾ ਸਾਡੀ ਜਿਹੜੀ ਕਨਵਰਸੇਸ਼ਨਲ ਲੈਂਗੁਏਜ ਨੂੰ ਵਿਕਸਿਤ ਕਰਦੇ ਨੇ ਅਸੀਂ ਆਮ ਗੱਲਾਂ ਦੇ ਵਿੱਚ ਜਿਹੜੀ ਇੰਗਲਿਸ਼ ਬੋਲਣੀ ਸਿੱਖ ਜਾਂਦੇ ਆ ਤਾਂ ਇਹ ਸੰ ਸਿੰਪਲ ਜਿਹੇ 10 ਵਾਕ ਬਹੁਤ ਥੋੜਾ ਜਿਹਾ ਕੰਮ ਹੈ ਥੋੜਾ ਜਿਹਾ ਸਮਾਂ ਲੱਗੇਗਾ ਪਰ ਇੱਕ ਵਾਰੀ ਦੇਖ ਸੁਣ ਜ਼ਰੂਰ ਲਿਆ ਕਰੋ ਐਨ ਨਾਲੇ ਤੁਹਾਨੂੰ ਆ ਜਾਣਾ ਤਾਂ ਮੇਰੇ ਖਿਆਲ ਸੋਨੋ ਕਾਫੀ ਇਹ ਫਾਇਦੇਮੰਦ ਸਾਬਿਤ ਹੋਣਗੇ ਬਾਅਦ ਕਿ ਅੱਗੇ ਇਕੱਠੇ ਆਪਾਂ 200 300 ਗੰਨੇ ਔਖੇ ਲੱਗਦੇ 10 10 ਕਰਕੇ ਆਪਾਂ 1-2 ਮਿੰਟ ਵੀ ਲਗਾਈਏ ਤਾਂ ਹੋ ਜਾਂਦੇ ਆ ਬਹੁਤ ਛੋਟੇ ਜਿਹੇ ਲੈਕਚਰ ਬਣਦੇ ਨੇ 2-3 ਮਿੰਟ ਦੀ ਵੀਡੀਓ ਹੁੰਦੀ ਹੈ ਇਹਨੂੰ ਧਿਆਨ ਨਾਲ ਸੁਣ ਲਓ ਵੇਖ ਲਓ ਬਸ ਇੰਨੇ ਕਾਫੀ ਹੈ ਤਾਂ ਠੀਕ ਹੈ ਬੇਟਾ ਫਿਰ ਮਿਲਾਂਗੇ ਅਗਲੇ ਲੈਕਚਰ ਦੇ ਨਾਲ ਥੈਂਕ ਯੂ